ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਹੋ ਤੁਸੀਂ ਸਾਰੇ? ਅੱਜ ਮੈਂ ਨਾ ਹੁਣੇ ਬਸ ਇੱਥੇ ਨਾਰੀਅਲ ਕੱਟੀ ਜਾਂਦੀ ਸੀਗੀ। ਪਹਿਲਾਂ ਹਥੌੜੀ ਨਾਲ ਚੰਗੀ ਤਰ੍ਹਾਂ ਤੋੜਦੀ ਹਾਂ, ਬਹੁਤ ਔਖਾ ਟੁੱਟਦਾ ਕਈ ਵਾਰ ਤਾਂ ਨਾ, ਹੱਥ 'ਤੇ ਵੀ ਵੱਜ ਜਾਂਦੀ ਹੈ। ਅਤੇ ਆ ਤੋੜਨ ਤੋਂ ਬਾਅਦ ਕਿ ਥੋੜ੍ਹੀਆਂ ਗਿਰੀਆਂ ਕੱਢਣ ਤੋਂ ਬਾਅਦ ਫਿਰ ਮੈਂ ਨਾ ਐਵੇਂ ਚਾਕੂ ਲੈ ਕੇ ਨਾ ਕੱਟ ਦਿੰਦੀ ਹੁੰਦੀ ਹਾਂ ਗਿਰੀਆਂ ਨੂੰ, ਥੋੜ੍ਹਾ ਛੋਟਾ ਛੋਟਾ, ਤਾਂ ਕਿ ਸਾਰਿਆਂ ਨੂੰ ਮਿਲ ਜਾਵੇ ਨਾਰੀਅਲ ਖਾਣ ਨੂੰ। ਕਈ ਵਾਰ ਐਵੇਂ ਹੁੰਦਾ, ਕ੍ਰਿਤਿਕਾ ਐਰਿਕਾ ਕਹਿ ਲੈਂਦੀਆਂ, ਉਹਨੂੰ ਛੋਟਾ ਦੇ ਤਾ, ਮੈਨੂੰ ਵੱਡਾ ਦੇ ਤਾ, ਜਾਂ ਮੈਨੂੰ ਕਿਉਂ ਛੋਟਾ ਦਿੱਤਾ ਨਾਰੀਅਲ ਦਾ ਪੀਸ, ਉਹਨੂੰ ਕਿਉਂ ਵੱਡਾ ਦਿੱਤਾ। ਅਤੇ ਇਸ ਕਰਕੇ ਮੈਂ ਕੀ ਕਰਦੀ ਹਾਂ, ਸਾਰਿਆਂ ਨੂੰ ਬਰਾਬਰ ਬਰਾਬਰ ਉਵੇਂ ਕੱਟ ਦਿੰਦੀ ਹਾਂ, ਤਾਂ ਕਿ ਕਿਸੇ ਦੇ ਵਿੱਚ ਕੋਈ ਲੜਾਈ ਨਾ ਹੋਵੇ। ਕਿਉਂਕਿ ਤੁਹਾਨੂੰ ਪਤਾ, ਬੱਚੇ ਤਾਂ ਘਰ ਹੀ ਲੈਂਦੇ ਆ, ਛੋਟੀ ਛੋਟੀ ਗੱਲਾਂ 'ਤੇ ਐਵੇਂ ਨਾਰਾਜ਼ ਹੋ ਜਾਂਦੇ ਵੀ ਮੈਨੂੰ ਨਹੀਂ ਦਿੱਤਾ, ਉਹਨੂੰ ਦੇ ਤਾ, ਤਾਂ ਕਰਕੇ ਫਿਰ ਮੈਂ ਐਵੇਂ ਕੱਟ ਦਿੰਦੀ ਹੁੰਦੀ ਹਾਂ। ਅਤੇ ਸਵਾਲ ਲੱਗਦੇ ਆ ਨਾਰੀਅਲ ਦੀਆਂ ਨਾ ਗਿਰੀਆਂ, ਇਹਨੂੰ ਨਾ ਮੈਂ ਧੋ ਕੇ ਪਾਣੀ ਦੇ ਵਿੱਚ ਫਿਰ ਰੱਖ ਦਿੰਦੀ ਹੁੰਦੀ ਹਾਂ ਫਰਿੱਜ ਦੇ ਵਿੱਚ, ਜਿੰਦਾ ਜੀ ਕਰਦਾ, ਜਦੋਂ ਜਿਹੜੇ ਟਾਈਮ ਥੋੜ੍ਹਾ ਮੰਚਿੰਗ ਨੂੰ ਜੀ ਕਰਦਾ ਤਾਂ ਫਿਰ ਖਾ ਲੈਂਦੇ ਹਾਂ। ਅਤੇ ਆ ਬਸ ਹੁਣ ਇੱਥੇ ਚੱਕਣ ਲੱਗੀ ਸੀਗੀ ਅਤੇ ਵੇਖਿਆ ਇੱਕ ਰਹਿ ਗਿਆ ਸੀ ਸਲਾਈਸ, ਉਹਦੇ ਵਿੱਚੋਂ ਫਿਰ ਉਹ ਨਾਰੀਅਲ ਕੱਢਿਆ। ਹੁਣ ਬਸ ਇਸ ਤਰ੍ਹਾਂ ਨਾ ਮੈਂ ਸਾਰੇ ਨਾਰੀਅਲ ਕੱਢ ਲੈਂਦੀ ਹਾਂ, ਅਤੇ ਫਿਰ ਆ ਚੱਕ ਕੇ ਜਿਹੜੇ ਆ ਛਿਲਕੇ ਜੇ ਬਚਦੇ ਆ, ਹਾਰਡ ਜੇ, ਕਈ ਵਾਰ ਤਾਂ ਰਾਊਂਡ ਰਾਊਂਡ ਜੀ ਵੀ ਨਿਕਲ ਜਾਂਦਾ ਵਧੀਆ ਨਾਰੀਅਲ, ਤਾਂ ਮੈਂ ਉਹਦਾ ਨਾ ਇੱਕ ਕਟੋਰੀ ਦੀ ਸ਼ੇਪ 'ਚ ਪਾਣੀ ਬਾਹਰ ਪਾ ਕੇ ਪੌਦਿਆਂ ਦੇ ਕੋਲ ਰੱਖ ਦਿੰਦੀ, ਤਾਂ ਕਿ ਪਕਸ਼ੀ ਆ ਕੇ ਪਾਣੀ ਪੀ ਲੈਣ। ਅਤੇ ਕਈ ਵਾਰ ਐਵੇਂ ਸਾਰਾ ਹੀ ਟੁੱਟ ਜਾਂਦਾ ਆਹ, ਫਿਰ ਇਹ ਡਸਟਬਿਨ 'ਚ ਹੀ ਜਾਂਦਾ, ਇਹਦਾ ਕੋਈ ਯੂਜ 'ਚ ਤਾਂ ਆਉਂਦਾ ਨਹੀਂ ਕੁਛ, ਤਾਂ ਫਿਰ ਮੈਨੂੰ ਐਵੇਂ ਹੀ ਸੁੱਟ ਦਿੰਦੀ ਹੁੰਦੀ ਹਾਂ ਜੇ ਨਾ ਹੋਵੇ ਰਾਊਂਡ ਦੀ ਸ਼ੇਪ 'ਚ ਮਿਲੇ ਤਾਂ। ਬਸ ਹੁਣ ਇੱਥੇ ਆ ਸੁੱਟ ਦਾਂਗੀ, ਅਤੇ ਹੁਣ ਬਸ ਇਸ ਤੋਂ ਬਾਅਦ ਇੱਥੋਂ ਆ ਸ਼ੈਲਫ ਸਾਫ਼ ਕਰ ਦਾਂਗੀ ਚੰਗੀ ਤਰ੍ਹਾਂ। ਆ ਦੇਖੋ ਜੀ, ਧੋ ਕੇ ਕਿੰਨੇ ਸਾਫ਼ ਹੋ ਗਏ ਆ ਨਾ, ਕਿੰਨੀ ਸੋਹਣੀ ਲੱਗਦੀ ਹੈਗੀ ਆ। ਹੁਣ ਐਰਿਕਾ ਆ ਗਈ ਖਾਣ ਵਾਸਤੇ, ਮੈਂ ਨਾ ਐਵੇਂ ਕੱਟ ਕੇ ਰੱਖ ਦਿੰਦੀ ਹਾਂ, ਫਿਰ ਸਾਰੇ ਜਿੰਨਾ ਜੀ ਕਰਦਾ ਉਵੇਂ ਖਾ ਲੈਂਦਾ, ਵਧੀਆ ਲੱਗਦਾ। ਸ਼ਾਮ ਨੂੰ ਨਾ ਕਈ ਵਾਰੀ ਭੁੱਖ ਲੱਗੀ ਹੋਵੇ ਤਾਂ ਗਿਰੀਆਂ ਖਾ ਲਈਦੀਆਂ ਨਾਰੀਅਲ ਦੀਆਂ। ਆ ਇੱਥੇ ਨਾ ਬਸ ਨਵੀਂ ਝਾੜੂ ਲਿਆਉਂਦੀ ਸੀ, ਪੁਰਾਣੀ ਝਾੜੂ ਖਰਾਬ ਹੋ ਗਈ ਸੀਗੀ। ਅਤੇ ਛੋਟੇ ਹੁੰਦੇ ਨਾ ਮੈਂ ਮਾਂ ਦੀ ਮੰਮੀ ਨੂੰ ਵੇਖਦੀ ਹੁੰਦੀ ਸੀ ਵੀ ਨਵੀਂ ਜਦੋਂ ਝਾੜੂ ਆਤੀ ਲਿਆ ਲਈ ਲਿਆਉਂਦੇ ਸੀ ਨਾ, ਅਤੇ ਨਾ ਕੈਂਚੀ ਨਾਲ ਅੱਗੋਂ ਕੱਟ ਦਿੰਦੇ ਹੁੰਦੇ ਸੀ। ਉਹ ਤਾਂ ਮੈਨੂੰ ਸਮਝ ਨਹੀਂ ਆਉਂਦੀ ਸੀ ਵੀ ਕਿਉਂ ਕੱਟ ਦਿੰਦੀ ਹੈ ਮੰਮੀ ਅੱਗੋਂ ਝਾੜੂ ਨੂੰ, ਪਰ ਹੁਣ ਜਦੋਂ ਆਪ ਕੰਮ ਕਰਨਾ ਸ਼ੁਰੂ ਕੀਤਾ ਫਿਰ ਸਮਝ ਆਈ ਵੀ ਅੱਗੋਂ ਨਾ ਫਰੰਟ ਤੋਂ ਬਹੁਤ ਸੋਫਟ ਜਿਹੇ ਹੁੰਦੇ ਆ, ਅਤੇ ਫਿਰ ਝਾੜੂ ਸਹੀ ਦਿਪਦੀ ਨਹੀਂ। ਇਸ ਕਰਕੇ ਇਹਨੂੰ ਅੱਗੇ ਇੱਥੋਂ ਫੜ ਕੇ ਨਾ ਚੰਗੀ ਤਰ੍ਹਾਂ ਬਰਾਬਰ ਕਰਕੇ ਅਤੇ ਕੱਟਣਾ ਹੀ ਪੈਂਦਾ, ਤਾਂ ਹੀ ਝਾੜੂ ਵਧੀਆ ਨਿਕਲਦੀ ਹੈ, ਇਹਦੇ ਨਾਲ ਵਧੀਆ ਵਿਹੜਾ ਸੋਹਣਾ ਧੁੱਪ ਜਾਂਦਾ। ਇਸ ਕਰਕੇ ਫਿਰ ਹੁਣ ਮੈਂ ਵੀ ਇਹਨੂੰ ਕੱਟਣ ਲੱਗ ਗਈ। ਵੱਡੇ ਹੋ ਕੇ ਚੀਜ਼ਾਂ ਸਮਝ ਆਉਂਦੀਆਂ, ਛੋਟੇ ਹੁੰਦੇ ਤਾਂ ਆਪਾਂ ਨੂੰ ਲੱਗਦਾ ਨਾ ਹਰੇਕ ਚੀਜ਼ ਦਾ ਲੋਜਿਕ ਵੀ ਇਹਦਾ ਕੀ ਹੋਊਗਾ। ਉਹ ਦੇਖੋ ਜੀ, ਕਲਰਸ ਰੱਬ ਦੇ ਦਿੱਤੇ ਤੁਹਾਨੂੰ ਦਿਖਾਉਂਦੀ ਹਾਂ। ਬਹੁਤ ਪਿਆਰਾ ਮੌਸਮ ਹੋ ਗਿਆ ਬਾਹਰ। ਆਹ ਦੇਖੋ ਜੀ, ਕਿੰਨਾ ਸੋਹਣਾ ਮੌਸਮ ਹੋ ਗਿਆ, ਨਾਲੇ ਆਹ ਰੇਨਬੋ ਦੇਖੋ, ਹਾਲੀ ਪੂਰੀ ਬਣਨ ਵਾਲੀ ਆ ਉੱਤੇ ਸਰਕਲ ਦੇ ਰੂਪ 'ਚ, ਹਾਲੀ ਆਹ ਸ਼ੁਰੂਆਤ ਹੀ ਹੋਈ ਹੈ। ਸਰਕਲ 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 ਕਿੱਥੇ ਆ, ਉਹ ਕ੍ਰੋਸ ਕਰ ਰਿਹਾ। ਵਾਹ, ਉਹ ਮੌਸਮ ਦੇਖ ਕਿੰਨਾ ਪਿਆਰਾ, ਡਾਰਕ ਨਹੀਂ ਹੋ ਰਿਹਾ ਨਾ ਹਾਲੀ ਪੂਰਾ। ਮੌਸਮ ਬਹੁਤ ਸੁਹਾਣਾ ਹੋ ਗਿਆ, ਬਾਰਿਸ਼ ਆ ਰਹੀ ਹੈ। ਹਾਂ ਦੇਖੋ, ਮੀਂਹ ਪੈ ਰਿਹਾ, ਮੀਂਹ ਪ੍ਰੋਪਰ, ਠੰਡੀ ਠੰਡੀ ਹਵਾ ਆ ਰਹੀ ਹੈ, ਪੱਤੇ ਦੇਖੋ ਹਿੱਲੀ ਜਾਂਦੇ ਆ। ਹਾਂ ਇੱਧਰ ਵੀ ਲਓ ਜੀ, ਯੰਮੀ ਯੰਮੀ ਮੈਗੀ ਤਿਆਰ ਹੈ, ਆ ਜਾਓ ਜਿੰਨੇ ਨੇ ਖਾਣੀ ਹੈ। ਸ਼ਿਮਲਾ ਮਿਰਚ, ਹਰੀ ਮਿਰਚ, ਪਿਆਜ਼, ਅਤੇ ਲੋਹੇ ਵਾਲੀ ਕੜਾਹੀ ਦੇ ਵਿੱਚ ਬਣਾਈ ਹੈ, ਬਹੁਤ ਟੇਸਟੀ ਬਣੀ ਹੈ। ਬਸ ਇਹਦਾ ਥੋੜ੍ਹਾ ਕਲਰ ਚੇਂਜ ਹੋ ਜਾਂਦਾ ਕਿਉਂਕਿ ਇਹ ਲੋਹੇ ਵਾਲੀ ਕੜਾਹੀ 'ਚ ਬਣਾਈ ਹੈ ਨਾ, ਤਾਂ ਕਰਕੇ। ਆ ਜਾਓ ਖਾ ਲਓ ਯੰਮੀ ਯੰਮੀ ਮੈਗੀ, ਮੈਂ ਤਾਂ ਖਾਂਦੀ ਹੁਣ। ਦੇਖੋ ਜੀ, ਬਾਰਿਸ਼ ਆਉਣ ਦੀ ਵਜ੍ਹਾ ਨਾਲ ਕੱਪੜੇ ਸਾਰੇ ਅੰਦਰ ਸੁੱਕਣੇ ਪਾਉਣੇ ਪੈ ਰਹੇ ਆ, ਸਾਰੇ ਹੁਣ ਸੋਫੇ ਭਰ ਗਏ ਕੱਪੜਿਆਂ ਨਾਲ।
ਤੇ ਇਧਰ ਆ ਮੈਡਮ ਐਰਿਕਾ ਕੁਛ ਕਰ ਰਹੇ ਹੈ। ਆ ਦੇਖੋ ਐਰਿਕਾ ਨੇ ਆਪਦਾ ਟੇਬਲ ਕਲੀਨ ਕੀਤਾ, ਕ੍ਰਿਤਿਕਾ ਨੇ ਵੀ ਹੈਲਪ ਬਹੁਤ ਕੀਤੀ, ਸਟੱਡੀ ਟੇਬਲ ਤਾਂ ਇਹਦਾ ਭਰਿਆ ਹੋਇਆ ਸੀ ਕਾਪੀ ਕਿਤਾਬਾਂ ਨਾਲ, ਹੁਣ ਇਹਨੇ ਖਾਲੀ ਕਰ ਲਿਆ, ਸਾਫ਼ ਸਫਾਈ ਕਰ ਲਈ ਹੈ ਟੇਬਲ ਆਪਦਾ, ਦੇਖੋ ਸੋਹਣਾ ਜਿਹਾ ਸਜਾ ਲਿਆ। ਹੁਣ ਕੁਛ ਕਰ ਰਹੀ ਹੈ ਮੈਡਮ, ਕੀ ਕਰ ਰਹੀ ਹੈ ਐਰਿਕਾ? ਓ ਮਾਈ ਗਾਡ, ਕਿਹੜੀ ਪਾਰਟੀ ਦਾ ਇਨਵੀਟੇਸ਼ਨ ਹੈ? ਬਰਥਡੇ ਪਾਰਟੀ ਦਾ? ਓਹੋ, ਕਿਹਨੂੰ ਦੇ ਰਹੀ ਹੈ? ਹੈਂ, ਬਾਅਦ ਚੋਂ ਫੋਟੋ ਭੇਜੂੰਗੀ। ਓਕੇ, ਆ ਦੇਖ ਲਓ ਜੀ, ਆਪਦੇ ਬਰਥਡੇ ਦਾ ਪਹਿਲਾਂ ਹੀ ਇੰਤਜ਼ਾਮ ਕਰਨ ਲੱਗ ਗਈ ਹੈ। ਅੱਛਾ ਲੱਗਣ ਲੱਗ ਗਿਆ ਹੁਣ ਇਹਦਾ ਟੇਬਲ, ਇਹ ਤਾਂ ਬਹੁਤ ਇਹਨੇ ਗੰਦ ਪਾਇਆ ਹੋਇਆ ਸੀਗਾ ਟੇਬਲ 'ਤੇ, ਆ ਇੱਦਾਂ ਸਾਰਾ ਹੁਣ ਕੱਪੜਿਆਂ ਦਾ ਖਲਾਰਾ। ਬਸ ਹੁਣੇ ਕੱਪੜੇ ਧੋ ਕੇ ਆਈ ਸੀਗੀ, ਥੱਕ ਗਈ, ਹੁਣ ਮੈਂ ਥੋੜ੍ਹੀ ਦੇਰ 10 ਮਿੰਟ ਰੈਸਟ ਕਰਾਂਗੀ, ਫਿਰ ਆਪਦਾ ਨਾਚ ਦਵਾਈ ਅਤੇ ਫਿਰ ਮਿਲਦੀ ਹਾਂ ਤੁਹਾਨੂੰ। ਜੋ ਸਵੇਰ ਦਾ ਮੀਂਹ ਸ਼ੁਰੂ ਹੋਇਆ, ਹਾਲੇ ਤੱਕ ਚੱਲੀ ਜਾਂਦਾ ਚੱਲੀ ਜਾਂਦਾ, ਵੇਖੋ ਕਿਨ ਮਿਨ ਮੀਂਹ, ਬਸ ਪਤਾ ਨਹੀਂ ਰੱਬ ਨੇ ਕਦੋਂ ਮੀਂਹ ਰੋਕਣਾ। ਐਨ ਚਿੱਕੜ ਹੋ ਗਿਆ ਬਾਹਰ ਸੜਕ 'ਤੇ, ਠੰਡਾ ਹੋ ਗਿਆ ਮੌਸਮ, ਪੂਰਾ ਚਿਲਡ ਹੋ ਗਿਆ ਮੌਸਮ, ਠੰਡਾ ਹੋ ਗਿਆ। ਬਾਰਿਸ਼ ਇੰਨੀ ਜ਼ਿਆਦਾ ਆ ਜਾਂਦੀ ਹੈ ਨਾ, ਅਤੇ ਹੁਣ ਬਾਰਿਸ਼ ਆ ਗਈ ਹੈ ਅਤੇ ਮੌਸਮ ਜਿਹੜਾ ਸਾਰਾ ਖਰਾਬ ਜਿਹਾ ਹੋ ਜਾਂਦਾ, ਅਤੇ ਜੇ ਮੰਨ ਲਓ ਬਾਈ ਚਾਂਸ ਕਿਤੇ ਜਾਣਾ ਤਾਂ ਜਾ ਨਹੀਂ ਪਾਵਾਂਗੇ, ਇੰਨਾ ਚਿੱਕੜ ਹੋ ਗਿਆ ਸੜਕ 'ਤੇ। ਉਹ ਬਾਹਰ ਠੀਕ ਕਰਨ ਵਾਲੇ ਵੀ ਆਏ ਹੋਏ ਆ, ਵੇਖੋ ਹੁਣ ਕਦੋਂ ਤੱਕ ਠੀਕ ਹੁੰਦੀ ਹੈ ਸੜਕ, ਮੀਂਹ ਦੇ ਵਿੱਚ ਹੀ ਲੱਗੇ ਹੋਏ। ਜਦੋਂ ਖੱਡਾ ਪਹਿਲਾਂ ਹੋ ਗਿਆ ਸੀ ਨਾ, ਉਦੋਂ ਆਏ ਨਹੀਂ ਠੀਕ ਕਰਨ ਵਾਸਤੇ, ਅਤੇ ਹੁਣ ਮੀਂਹ ਦੇ ਵਿੱਚ ਹੀ ਲੱਗੇ ਹੋਏ ਠੀਕ ਕਰਨ, ਤੁਹਾਨੂੰ ਦਿਖਾਉਂਦੀ ਹਾਂ ਮੈਂ। ਉਹ ਵੇਖੋ ਲੱਗੇ ਹੋਏ ਬਾਰਿਸ਼ ਦੇ ਵਿੱਚ, ਉਹ ਦੇਖੋ ਖੱਡੇ 'ਚ ਪਾਣੀ ਪਈ ਜਾਣਾ ਜਦੋਂ ਹੁਣ ਉੱਤੇ ਮੀਂਹ ਆਈ ਜਾਂਦਾ, ਪਤਾ ਨਹੀਂ ਕੀ ਕਰਨਗੇ ਅਤੇ ਕਦੋਂ ਠੀਕ ਕਰਨਗੇ। 3 ਦਿਨ ਪਹਿਲਾਂ ਜਦੋਂ ਖੱਡਾ ਖੋਦ ਕੇ ਗਏ ਉਦੋਂ ਨਹੀਂ ਠੀਕ ਕੀਤਾ, ਹੁਣ ਆ ਵੇਖੋ ਕਿੰਨਾ ਪਾਣੀ ਕੱਢੀ ਜਾਂਦੇ ਆ। ਬਸ ਸਰਕਾਰ ਦੇ ਇਹੋ ਜਿਹੇ ਕੰਮ ਹੈ, ਜਦੋਂ ਟਾਈਮ ਹੁੰਦਾ ਨਾ ਕੰਮ ਕਰਨ ਦਾ ਉਦੋਂ ਕਰਨਾ ਨਹੀਂ।